वे बटला, तू मुर्गियां दी साम संभाल ठीक नहीं कर रहा। मुर्गियां अंडे कट दे रही ने। ओ बीबी जी, ओ कौर बेबे बैठी रहिंदी है कुर्सी डा के। मैनू लगदा संगदियां नहीं मुर्गियां अंडे दिंदियां। बंदोबस्त करो कोई ओदा। तू उठपटंग ना बोली जाया कर, कम कट करदा बोलदा ज्यादा। चंगा जी, साडा की है, अही जाके मुर्गियां ना बोल लेने। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆ ਲੋ ਘਰੋਂ ਵੀ ਮਿੱਠਾ ਜੀ, ਮੌੜ ਕਲੋਨੀ ਦੀ ਨੀਂਹ ਰੱਖਤੀ ਹੈ ਜੀ, ਤੇ ਨਾਲੇ ਸ਼ੁਰੂ ਵੀ ਤੁਹਾਡੇ ਵਾਲੇ ਪਾਸੇ ਕੀਤੀ ਹੈ। ਤੁਹਾਡੀ ਜ਼ਮੀਨ ਦਾ ਰੇਟ ਵੱਧ ਜੂਗਾ ਜੀ। ਅਸੀਂ ਕਿਹੜੀ ਜ਼ਮੀਨ ਵੇਚਣੀ ਹੈ? ਜ਼ਮੀਨ ਦਾ ਰੇਟ ਵਧੇ ਘਟੇ ਇਹ ਤੇ ਦਰਜੀ ਦੀ ਨਿਸ਼ਾਨੀ ਹੈ, ਤੇ ਹੈ ਵੀ ਬੇਬੇ ਦੇ ਨਾਲ। ਮੈਂ ਕਿਹੜਾ ਤੁਹਾਨੂੰ ਜ਼ਮੀਨ ਵੇਚਣ ਨੂੰ ਕਹਿ ਰਿਹਾ ਜੀ, ਜਦੋਂ ਤੁਹਾਡਾ ਮਨ ਚਾਹੇ ਸਰਦਾਰ ਜੀ ਦੇ ਨਾਂ ਤੇ ਕਲੋਨੀ ਕੱਟ ਦੇ। ਇੱਕ ਪੁੱਤੇ ਅਮਰੀਕਾ ਚ ਸੈਟਲਡ ਤੇ ਦੂਜੇ ਲਈ ਇਹ ਜ਼ਮੀਨ ਬਥੇਰੀ ਹੈ। ਅਸੀਂ ਖੁਸ਼ ਹਾਂ। ਵੇ ਬਟਲਾ, ਮੁਰਗੀਆਂ ਨੂੰ ਫੜ ਪੱਜ ਜਾਣਗੀਆਂ। ਬੀਬੀ ਜੀ, ਇਹ ਵੀ ਅਮਰੀਕਾ ਜਾਣ ਨੂੰ ਫਿਰਦੀਆਂ, ਇਹਨਾਂ ਦੇ ਵੀ ਸ਼ਾਮ ਨੂੰ ਵੀਜ਼ਾ ਕੱਟਿਆ ਹੀ ਲੋ ਬਿੰਦਰ ਮੀਟ ਵਾਲੇ ਨੇ। ਭੈਣ ਜੀ, ਬਾਕੀ ਗੱਲਾਂ ਤਾਂ ਠੀਕ ਹੈ, ਪਰ ਮੈਨੂੰ ਤੁਹਾਡਾ ਆ ਝੋਟੇ ਸਿਰਾ ਜਾਂ ਰਿਸ਼ਤੇਦਾਰ ਕੁਛ ਠੀਕ ਨਹੀਂ ਲੱਗਦਾ। ਕੀ ਗੱਲ, ਉਹਨੂੰ ਮੂੰਹ ਖੁਰ ਦੀ ਬਿਮਾਰੀ ਹੈ? ਉਹ ਤੇਰੇ ਆਪਦੇ ਡੈਡੀ ਦਾ ਕੀ ਨਾਂ ਹੈ? ਪਿੰਦਾ। ਮੈਂ ਗੁਆਂਢੀਆਂ ਦਾ ਨਹੀਂ ਪੁੱਛ ਰਿਹਾ। ਉਹ ਛੋਟੂ, ਆ ਦੇਖੀ ਤਾਂ ਕੌਣ ਖੜਾ ਗਿਆ ਬਾਈਕ ਸਾਹਮਣੇ? ਇਹਨੂੰ ਕਹਿ ਪਰੇ ਕਰ ਇੱਥੋਂ, ਬਾਪ ਵਾਲੀ ਪਾਰਕਿੰਗ ਸਮਝੀ ਇੱਥੇ ਇਹਨਾਂ ਨੇ। ਠੀਕ ਹੈ ਸਰ, ਮੈਂ ਦੇਖਦਾ। ਆ ਬਾਈ ਜੀ, ਮੋਟਰਸਾਈਕਲ ਸਾਈਡ ਤੇ ਕਰੋ, ਗਾਹਕਾਂ ਦੇ ਆਉਣ ਦਾ ਟਾਈਮ ਹੁੰਦਾ ਨਾ। ਤੁਸੀਂ ਇੱਥੇ ਭਟੂਰਿਆਂ ਦੀ ਰੇਹੜੀ ਲਾਉਣੀ ਹੈ? ਓ ਨਹੀਂ ਜੀ ਨਹੀਂ, ਥਾਂ ਰੁਕਦੀ ਆ। ਓ ਯਾਰ, ਇਹ ਤੁਹਾਡੇ ਪਿਓ ਦੀ ਥਾਂ? ਓ ਨਹੀਂ ਬਾਈ ਜੀ, ਖੰਗੂੜਾ ਸਾਹਿਬ ਨੇ ਮਨਾ ਕੀਤਾ। ਤੇ ਫਿਰ ਖੰਗੂੜਾ ਸਾਹਿਬ ਦੇ ਪਿਓ ਦੀ ਥਾਂ? ਪਿਓ ਤੱਕ ਨਹੀਂ ਜਾਣਾ ਮੋੜ ਸਾਹਿਬ। ਪੈਂਦਾ ਓ ਕੁੱਤੇ ਵਾਂਗੂ। ਅੱਛਾ, ਤੂੰ ਮੇਰੀ ਵਿਰੋਧੀ ਧਿਰ ਦਾ ਕੇਸ ਲੈ ਕੇ ਮੇਰੇ ਦਾਦੇ ਤੱਕ ਜਾ ਸਕਦਾ ਹੈ, ਤੇ ਮੈਂ ਤੇਰੇ ਪਿਓ ਤੱਕ ਨਹੀਂ ਜਾ ਸਕਦਾ? ਮੈਂ ਤਾਂ ਜਾਊਂਗਾ ਹੀ, ਮੇਰਾ ਤਾਂ ਕੰਮ ਹੈ। ਇਹ ਫਿਰ ਮੇਰਾ ਵੀ ਕੰਮ ਹੀ ਸਮਝ। ਆ ਲੋਕਾਂ ਦੇ ਦਫ਼ਤਰਾਂ ਦੇ ਸਾਹਮਣੇ ਬਾਈਕ ਖੜਾਉਣਾ? ਮੇਰੀ ਗੱਲ ਧਿਆਨ ਨਾਲ ਸੁਣ ਲੈ, ਜ਼ਿਆਦਾ ਬਕ ਬਕ ਨਾ ਕਰ। ਇੱਥੋਂ ਆਪਣਾ ਸਪਲੈਂਡਰ ਜਿਹਾ ਲੈ ਕੇ ਤਿੱਤਰ ਹੋ ਜਾ, ਕਿਤੇ ਇਹ ਨਾ ਹੋਵੇ ਸਪਲੈਂਡਰ ਦਾ ਕੱਲਾ ਸਲੰਸਰ ਹੀ ਰਹਿ ਜੇ ਤੇਰੇ ਹੱਥ 'ਚ। ਮਾਰਦਾ ਬਕਵਾਸ। ਓ ਤੂੰ, ਇਹ ਸ਼ਿੰਗਾਰਾ ਸਿੰਘ ਮੌੜ ਦਾ ਮੋਟਰਸਾਈਕਲ ਹੈ, ਇਹ ਤਾਂ ਇੱਥੇ ਹੀ ਖੜੂ ਲਾਲਾ ਜੋਰ। ਹਾਂ, ਕਿੱਥੋਂ ਧੜਕੋ ਧੜਕੀ ਜਨਾਨੇ ਦੇ ਨਾਲ ਮੱਥਾ ਲਾ ਗਿਆ, ਅੱਗੋਂ ਜੱਜ ਨਹੀਂ ਮਿਲਿਆ, ਕਹਿੰਦੇ ਜੀ 8 ਦਿਨਾਂ ਦੀ ਛੁੱਟੀ ਤੇ ਗਿਆ। ਹਾਂ ਜਾਓ, ਕਹਿੰਦੇ ਫੇਰ ਆਇਓ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ ਜੀ। ਕੋਈ 10 ਲੱਖ ਹੋਈ ਸੇਵਾ ਦੱਸਿਓ, ਤੁਸੀਂ ਕੌਣ? 150 ਕੇਸਾਂ ਵਿੱਚੋਂ 140 ਕੇਸਾਂ ਦਾ ਮੌਕੇ ਤੇ ਨਿਪਟਾਰਾ ਕਰਨ ਵਾਲਾ, ਤੇ 1000 ਰੁਪਏ ਕਰ ਵਕੀਲ, ਤੇ ਖੰਗੂੜੇ ਦੀ ਹਿੱਕ ਤੇ ਦੀਵਾ ਬਾਲਣ ਵਾਲਾ ਐਡਵੋਕੇਟ ਬੂਟਾ ਸਿੰਘ। ਤੁਹਾਨੂੰ ਪਹਿਲਾਂ ਕਦੇ ਨਹੀਂ ਵੇਖਿਆ ਇੱਥੇ? ਐਕਚੁਅਲੀ ਭਾਈ ਸਾਹਿਬ, ਪਹਿਲਾਂ ਮੈਂ ਰੋਪੜ ਸੀਗਾ ਨਾ, ਉੱਥੇ ਪਹਾੜੀ ਏਰੀਆ ਹੋਣ ਕਰਕੇ ਆ ਗਰਮੀ ਘੱਟ ਗਈ, ਤੇ ਲੋਕਾਂ ਨੇ ਲੜਨਾ ਬੰਦ ਕਰਤਾ, ਫਿਰ ਵੀ ਦਾਸ ਨੇ ਬਹੁਤੇ ਕੇਸਾਂ ਦਾ ਮੌਕੇ ਤੇ ਹੱਲ ਕੀਤਾ। ਵੈਸੇ ਆ ਤੁਹਾਡੀ ਚਲਦੀ ਫਿਰਦੀ ਦੁਕਾਨ ਮੈਂ ਪਹਿਲੀ ਵਾਰ ਦੇਖੀ ਆ। ਵੈਸੇ ਮੀਟਰ ਮੀਟਰ ਲੰਮੀਆਂ ਗੱਲਾਂ ਹੀ ਕਰਦੇ ਹੋ ਕਿ ਕੋਈ ਕੰਮ ਵੀ ਕਰਦੇ ਹੋ ਕੀ ਸਾਹਿਬ? ਸਰਦਾਰ ਜੀ, ਇੱਧਰ ਨਾ ਦੇਖੋ ਤੁਸੀਂ, ਇੱਧਰ ਦੇਖੋ, ਸਾਡੇ ਬਿਜ਼ਨਸ ਵਿੱਚ ਬੋਲਣਾ ਹੀ ਕੰਮ ਹੈ, ਤੇ ਤੁਸੀਂ ਇੱਦਾਂ ਕਰੋ, ਆ ਲਓ ਦਾਸ ਦਾ ਕਾਰਡ, ਹੰਬੜਾ ਰੋਡ ਨਿਊ ਇਨਕਲੇਵ ਬੱਠਲ ਹੁਣਾਂ ਦੇ ਘਰ ਦਾਸ ਰਹਿੰਦਾ। ਬੱਠਲ? ਉਹ ਸਰਦਾਰਨੀ ਤੇਜ ਕੌਰ ਜੀ ਦੇ? ਉਹਨਾਂ ਨਾਲ ਤਾਂ ਆਪਣੀ ਗੂੜੀ ਲਿਹਾਜ਼ ਹੈ, ਬਹੁਤ ਆਉਣਾ ਜਾਣਾ ਉਹਨਾਂ ਦੇ ਆਪਣਾ। ਕਿਹੜੇ ਬੱਠਲ ਦੀ ਨਾਲੇ ਗੱਲ ਕਰਦੇ ਹੋ? ਓਏ, ਉੱਥੇ ਤਾਂ ਪਤਾ ਨਹੀਂ ਕਿੰਨੇ ਬਾਲਟੀਆਂ, ਚਮਚੇ, ਟੋਕਰੇ ਵਰਗੇ ਨੌਕਰ ਆ ਉਹਨਾਂ ਦੇ। ਓ ਮਾਈ ਗੋਡ, ਆਪਣੀ ਮੌੜ ਕਲੋਨੀ ਦੇ ਨਾਲ ਉਹਨਾਂ ਦੀ ਜ਼ਮੀਨ ਲੱਗਦੀ ਹੈ। ਓ ਵਾਓ, ਫਿਰ ਤਾਂ ਦਾਸ ਨੂੰ ਇੱਕ ਕੇਸ ਦਾ ਮੌਕਾ ਦਿਓ, ਫੱਟੇ ਚੱਕ ਦਿਆਂਗੇ। ਸਾਲ ਕ ਠਹਿਰ ਜੋ, ਟੈਚੀ ਕੇਸ ਭਰ ਕੇ ਦੇਊਂਗਾ ਕੇਸਾਂ ਦਾ। ਚੰਗਾ। ਓ ਬੱਲੋ ਤੇਰੇ ਸਰਦਾਰਾ, ਸਰਦਾਰ ਗੇਅਰ ਜੇ ਬੜੇ ਪਾਉਂਦਾ ਬੋਟਿਆ, ਤੂੰ ਵੀ ਆਪਣੇ ਸਕੂਟਰ ਦਾ ਗੇਅਰ ਪਾ। ਵਾਹਿਗੁਰੂ ਦੀ ਕਿਰਪਾ ਨਾਲ 40 ਪਲਾਟ ਕੱਟੇ ਸੀ, 30-35 ਤਾਂ ਹੱਥੋਂ ਹੱਥੀ ਵਿਕ ਗਏ, ਆ 2-4 ਮਹੀਨਿਆਂ ਨੂੰ ਵਿਹਲੇ ਹੋ ਜਾਣਾ। ਬਹੁਤ ਬਹੁਤ ਵਧਾਈ ਹੋਵੇ। ਤੇ ਤੁਹਾਡੇ ਵਾਸਤੇ ਤਾਂ ਮੈਂ ਨੁੱਕਰ ਤੇ ਵੱਡਾ ਪਲਾਟ ਰੱਖਿਆ ਹੋਇਆ ਇੱਕ। ਭੈਣ ਜੀ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਐਵੇਂ ਤੁਹਾਨੂੰ ਗਲਤ ਫਹਿਮੀ ਹੋ ਗਈ। ਮੈਂ ਇਹ ਨਹੀਂ ਕਹਿੰਦੀ ਸਰਦਾਰ ਜੀ ਕਿ ਤੁਸੀਂ ਗਲਤ ਹੋ, ਪਰ ਪਟਵਾਰੀ ਦਾ ਫੋਨ ਆਇਆ ਸੀ। ਇਹਨਾਂ ਪਟਵਾਰੀਆਂ ਦਾ ਕੀ ਹੈ,
ਓਏ ਇਹ ਪਟਵਾਰੀ ਤਾਂ ਜਾਨਵਰਾਂ ਦੇ ਨਾਂ ਤੇ ਜ਼ਮੀਨ ਕੱਟ ਦੇਣ, ਕਿਉਂ ਬੂਟਾ ਤੇ? ਬਿਲਕੁਲ, ਵੈਸੇ ਵੀ ਜ਼ਮੀਨ ਬੇਬੇ ਦੇ ਨਾਂ ਹੈ ਤੇ ਦਰਜੀ ਦੀ ਆਖਰੀ ਨਿਸ਼ਾਨੀ, ਤੇ ਮੈਂ ਬੇਬੇ ਦੇ ਖਿਲਾਫ ਨਹੀਂ ਜਾ ਸਕਦੀ। ਬਿਲਕੁਲ, ਤੁਸੀਂ ਖਾਨਦਾਨੀ ਗੱਲ ਕੀਤੀ ਹੈ, 17 ਆਨੇ ਸਹੀ। ਓ ਚਿੰਗਾਰੇ, 17 ਆਨੇ ਨਹੀਂ ਹੁੰਦਾ, 16 ਆਨੇ ਹੁੰਦੇ। ਸੁਣੋ ਮੇਰੀ ਗੱਲ, ਵੈਸੇ ਵੀ ਬੇਬੇ ਬਹੁਤ ਐਡਵਾਂਸ ਆ ਤੇ ਭੂਆ ਦੀ ਪੀੜੀ ਛੱਡ ਕੇ ਉਹ ਬੇਬੇ ਦਾ ਨੌਹਾਂ ਪੋਤਰਿਆਂ ਦੇ ਨੌਂ ਜ਼ਮੀਨ ਕਰਨ ਨੂੰ ਫਿਰਦੀ ਹੈ। ਆ ਹੁਣ ਤੁਸੀਂ ਖੰਗੂੜੇ ਦੀ ਗੱਲ ਲੈ ਲਓ, ਇੱਕ ਭੈਣ ਤਾਂ ਉਹਨੇ ਤੁਹਾਡੇ ਘਰੇ ਵਿਆਹ ਤੀ, ਆ ਦੂਜੀ ਭੈਣ ਆਪਦੀ ਵਿਆਹ ਕੇ ਨਾ ਤੁਹਾਡੇ ਸਾਰੇ ਕਾਸੇ ਤੇ ਕਬਜ਼ਾ ਕਰਨ ਨੂੰ ਫਿਰਦਾ। ਹਾਂ ਕਿਉਂ ਬੂਟਾ ਸਿਆ? ਹਾਂ ਬਿਲਕੁਲ। ਦੇਖੋ ਜੀ, ਮੈਂ ਲਾਲਚ ਕਰਕੇ ਕੀ ਲੈਣਾ, ਇੱਕੋ ਇੱਕ ਮੇਰੀ ਧੀ ਹੈ, ਉਹ ਚੰਡੀਗੜ੍ਹ ਪੜ੍ਹਦੀ ਹੈ, ਸੁੱਖ ਨਾਲ ਐਮ ਏ ਕਰਦੀ ਹੈ, ਮੇਰਾ ਸਾਰਾ ਕੁਛ ਉਹਦਾ ਹੀ ਤਾਂ ਹੈ, ਬਸ ਹੁਣ ਤਾਂ ਉਹਦੇ ਹੱਥ ਪੀਲੇ ਕਰਨੇ ਆ ਜੀ। ਤੁਹਾਡੀ ਨਿਗਾਹ 'ਚ ਕੋਈ ਮੁੰਡਾ ਹੋਵੇ ਤਾਂ ਤੁਸੀਂ ਦੱਸਿਓ ਜ਼ਰੂਰ। ਉਹ ਸ਼ਿੰਗਾਰਾ ਬਾਈ, ਨਿਗਾਹ ਵਾਲੀ ਕਿਹੜੀ ਗੱਲ ਹੈ, ਹੈ ਮੇਰੀਆਂ ਨਜ਼ਰਾਂ 'ਚ ਇੱਕ ਮੁੰਡਾ? ਅੱਛਾ, ਆਪਣਾ ਨਵੀ ਪ੍ਰਸ਼ੰਸਾ ਮੈਂ ਬਹੁਤ ਸੁਣੀ ਹੈ, ਪਰ ਮੈਂ ਕਦੇ ਗਿਆ ਨਹੀਂ, ਪਰ ਸੁਭਾਅ ਜਮਾ ਪੂਆ ਤੇ। ਓਏ ਬੂਟਾ ਸਿਆ, ਯਾਰ ਤੂੰ ਤਾਂ ਮੇਰੇ ਮੂੰਹ ਦੀ ਗੱਲ ਫੜ ਲਈ। ਮੈਂ ਤਾਂ ਤੇਜ ਕੌਰ ਜੀ ਨੂੰ ਕਹਿਣ ਤੋਂ ਝਿਜਕਦਾ ਸੀ, ਤੇਜ ਕੌਰ ਜੀ ਜਿਵੇਂ ਆਪਣੀਆਂ ਜ਼ਮੀਨਾਂ ਜੁੜੀਆਂ, ਜੇ ਉਵੇਂ ਆਪਣਾ ਰਿਸ਼ਤਾ ਜੁੜ ਜੇ ਤਾਂ ਕਿੰਨਾ ਚੰਗਾ ਹੋ ਜੇ, ਕਿ ਨਹੀਂ ਬੂਟਾ ਸਿਆ? ਪੂਆ ਜੀ ਕੀ ਸੋਚਦੇ ਤੁਸੀਂ? ਮੈਂ ਕਦੇ ਇਸ ਬਾਰੇ 'ਚ ਸੋਚਿਆ ਨਹੀਂ। ਸੁੱਖ ਨਾ ਰੱਬ ਨੇ ਇੱਕੋ ਹੀ ਤੁਹਾਨੂੰ ਭਤੀਜਾ ਬਣਾਇਆ, ਉਹ ਉਹਦੇ ਹੁੰਦਿਆਂ ਵੀ ਜੇ ਤੁਹਾਨੂੰ ਸੁੱਟਣਾ ਪਵੇ ਲੱਖ ਲੈਣ ਦਾ ਬੂਟਾ ਸਿੰਘ ਦੇ। ਮੇਰੀ ਗੱਲ ਸੁਣੋ ਪੂਆ, ਨਾਲੇ ਆਪਾਂ ਵੀ ਥੋੜ੍ਹੀ ਜਿਹੀ ਜੇਬ ਢਿੱਲੀ ਕਰੀਏ, ਕਿਤੇ ਇਹ ਨਾ ਹੋਵੇ ਦੂਜੀ ਪਾਰਟੀ ਆਪਣੇ 'ਤੇ ਭਾਰੂ ਪੈ ਜਾਏ। ਫਿਰ ਵੀ ਤੇਜ ਕੌਰ ਜੀ, ਤੁਸੀਂ ਇੱਕ ਵਾਰੀ ਕਾਕਾ ਜੀ ਨਾਲ ਗੱਲ ਜ਼ਰੂਰ ਕਰ ਲਿਓ, ਚੰਗਾ ਹੁੰਦਾ। ਕਾਕਾ ਕਿਹੜਾ ਮੇਰੇ ਤੋਂ ਵੱਖ ਹੈ, ਮੈਂ ਉਹਦੀ ਮਾਂ ਹਾਂ ਤੇ ਰਿਸ਼ਤਾ ਵੀ ਮੈਂ ਹੀ ਕਰਨਾ। ਤੇ ਤੁਸੀਂ ਪੂਆ ਪਰਸ ਨਹੀਂ ਲਿਆਂਦਾ ਨਾ ਤੁਸੀਂ ਅੱਜ? ਨਹੀਂ। ਓ ਯਾਰ ਤੂੰ ਗੱਲ ਸੁਣ, ਪੱਕਾ ਹੀ ਸਮਝ ਰਿਸ਼ਤਾ ਬਸ। ਅੱਛਾ, ਹਾਂ ਸਮਝ ਬਸ, ਠੀਕ ਆ ਪੂਆ, ਫਿਰ ਵਧਾਈਆਂ ਜੀ, ਆ ਜਾਓ। ਪੈਰੀ ਪੈਣਾ ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਕਿੱਥੇ ਹੋ? ਮਾਤਾ ਰਾਣੀ ਦੀ ਕਿਰਪਾ ਨਾਲ ਮੇਰੇ ਪੁਰਾਣੇ ਪਲਾਟ ਦਾ ਕੰਮ ਸ਼ੁਰੂ ਹੋ ਗਿਆ ਜੀ। ਸਾਰੇ ਕੰਮ ਛੱਡੋ ਤੇ ਮੇਰੀ ਗੱਲ ਕੰਨ ਖੋਲ ਕੇ ਸੁਣੋ, ਕੱਲ ਨਵੀਨ ਨੂੰ 10 ਵਜੇ ਵਿਆਹ ਦੀ ਖਰੀਦ ਲਈ ਲੈ ਕੇ ਜਾਣਾ ਹੈ। ਆ ਤੁਹਾਡਾ ਹੁਕਮ ਸਿਰ ਮੱਥੇ ਜੀ। ਸ਼ਿੰਗਾਰਾ ਜੀ, ਸਾਡੇ ਵੱਲੋਂ ਤਾਂ ਪੂਰੀ ਤਿਆਰੀ ਹੈ, ਹੁਣ ਤੁਹਾਡੀ ਵਾਰੀ ਹੈ। ਸਾਡੇ ਵੱਲੋਂ ਕੋਈ ਟਾਲੀ, ਪਤਾ ਨਹੀਂ ਫੌਜੀ ਬੈਣ ਨੇ ਕਿਹੜੇ ਵੇਲੇ ਚਮਕੀ ਲਈ ਤਰਜ ਚੱਕ ਲੈਣੀ ਹੈ। ਬੂਟਾ ਸਿੰਘ ਜੀ, ਸਾਨੂੰ ਤਾਂ 2 ਸਾਲ ਹੋ ਗਏ ਤਿਆਰੀ ਕਰਦਿਆਂ ਨੂੰ, ਬਸ ਤੁਹਾਡੇ ਵਰਗੇ ਸੰਬੰਧੀ ਨਹੀਂ ਸੀ ਟੱਕਰੇ। ਬੂਟਾ ਸਿੰਘ ਜੀ, ਤੁਹਾਨੂੰ ਤਾਂ ਹੈਗੀ ਚਮਕੀਲੇ ਦੀ ਤਰਜ ਪਸੰਦ, ਤੇ ਮੈਂ ਹੈਗਾ ਸੁਰਿੰਦਰ ਸ਼ਿੰਦੇ ਦਾ ਫੈਨ। ਉਹ ਚਲੋ ਜਿਹਦਾ ਮਰਜ਼ੀ ਫੈਨ, ਅਸੀਂ ਕੀ ਲੈਣਾ, ਪਰ ਜਿਹੜਾ ਵਿਆਹ ਵਾਲਾ ਕਬਜ਼ਾ ਇਹ ਤੁਸੀਂ ਹੱਥ 'ਚ ਕਰ। ਕਾਕਾ ਜੀ, ਤੁਸੀਂ ਚੁੱਪ ਕੀਤੇ ਜੇ ਬੈਠੇ ਹੋ, ਜੇ ਤੁਹਾਨੂੰ ਕੋਈ ਹੋਰ ਤਰਜ ਪਸੰਦ ਹੈ ਫਿਰ ਉਹ ਲਵਾ ਦਿਆਂਗੇ। ਹਾਂ, ਮੈਨੂੰ ਤਾਂ ਜੀ ਬਸ ਮੰਮੀ ਦੀ ਤਰਜ ਪਸੰਦ ਹੈ। ਆ ਹੋਈ ਨਾ ਗੱਲ, ਮੈਨੂੰ ਵੀ ਮੰਮੀ ਪਸੰਦ ਹੈ। ਕੀ ਮਤਲਬ? ਮੇਰਾ ਮਤਲਬ ਹੈ ਮੰਮੀ ਦੀ ਹਰ ਗੱਲ ਕਹੀ ਮੈਨੂੰ ਪਸੰਦ ਹੈ, ਯਾਨੀ ਇਹਨਾਂ ਦਾ ਕਿਹਾ ਸਿਰ ਮੱਥੇ। ਹਾਂ, ਆ ਨਚਾਰ ਜੇ ਨੇ ਕਿਵੇਂ ਮੂੰਹ ਕੱਢਿਆ ਖੁਰਚ ਕੇ ਖੁਸਰੇ ਦੀ ਅੱਡੀ ਵਰਗਾ। ਭਾਜੀ ਇਹ ਕੌਣ? ਸ਼ਕਲੋਂ ਨਹੀਂ ਦਿੰਦਾ, ਸ਼ਿੰਗਾਰਾ ਕੱਟਿਆਂ ਦਾ ਵਪਾਰੀ ਹੈ। ਲੱਗਦਾ ਤਾਂ ਹੈ, ਆਪਣਾ ਮੁਕਾਬਲਾ ਕਰਨ ਨੂੰ ਫਿਰਦਾ। ਕਿੱਥੋਂ ਕਰ ਲੂ? ਚਲੋ ਵੀ ਬਚ ਵਾਲਿਓ, ਤੁਸੀਂ ਵੀ ਸਿੱਟੋ ਚਮਕੀਲਾ। ਓਏ ਤੇਰੇ ਵਰਗੇ ਝੋਟੇ ਬਥੇਰੇ ਨੱਥੇ ਆ ਮੈਂ, ਲੰਡੂ ਵਹਿੜਕਾ, ਆਪਣਾ ਹੀ ਘਰ ਹੈ, ਖੜੇ ਰਹੋ, ਕੀ ਪਤਾ ਕਿਹੜੇ ਵੇਲੇ ਭੱਜਣਾ ਪੈ ਜੇ। ਘਰ ਵਾਲੇ ਆਉਣਗੇ, ਇੱਜ਼ਤ ਮਾਣ ਨਾਲ ਬਿਠਾਉਣਗੇ, ਆਖਿਰਕਾਰ ਨੂੰ ਤੁਸੀਂ ਸ਼ਿੰਗਾਰਾ ਸਿੰਘ ਮੌੜ ਨਾਲ ਆਏ ਹੋ। ਘਰੇ ਕੋਈ ਬੰਦਾ ਹੀ ਨਹੀਂ ਦੀਂਦਾ, ਘਰ ਹੀ ਮੁਰਗੀ ਖਾਨਾ ਬਣਿਆ ਪਿਆ, ਸਾਰੇ ਹੀ ਅੰਦਰ ਬੜੇ ਬੈਠੇ ਆ। ਦਰਸ਼ਨਾ, ਮੈਨੂੰ ਤਾਂ ਕੋਈ ਦਾਲ 'ਚ ਕਾਲਾ ਲੱਗਦਾ ਹੀ। ਸ਼ਿੰਗਾਰਾ ਸਿੰਘ ਮੌੜ ਦੀ ਕੋਈ ਆਇਓ ਭਗਤ ਕਰਨੀ ਨਹੀਂ ਆਇਆ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸ਼ੁਕਰੀਆ। ਤੁਸੀਂ ਬੈਠੋ, ਚਾਏ ਵਾਏ ਪੀਓ। ਬੈਠੋ, ਭੈਣ ਜੀ ਨੇ ਕਹਿ ਤਾਂ ਬੈਠੋ ਤਾਂ ਫਿਰ ਬੈਠੋ ਯਾਰ। ਹਾਂ
नवीन किथे गया है, बस आंदा ही होएगा। हाँ जी। ओ बूटिया इधर आ छेती। आ गया जी। कादा बूटा जी। ओ पौधिया किधर लुकन मीचियां या घेर दा फिरदा होए। ओ लिया कोई तत्ता ठंडा कमलिया। मैनू लगदा आज मेरी सेवा हो जानी है। सब ठीक ता है ना जी? वैसे ते सब ठीक है, पर नवी पता नहीं किथे चला गया है। नवी चला गया? अब तुसी इसनू मामूली गल ना लो जी। शगना वाले दिन कोई ओ खेता च जंगल पानी तो गया नहीं जी। माफ करना भैन जी, मेरा आउंदे दा ही मत्था ठणकिया सी। जे तुसी कहो तो मैं देख के आवां। नहीं नहीं आ जूगा। मैनू तुसी परेशान लग रहे हो भैन जी। हाँ तुसी जेड़ी भी गल आ ना वो खुल के दसो। खुल के मैं दसदा, नवी दा कोई अता पता नहीं भी वो किथे गया, पर तुसी जाना नहीं। मोर्चा लाके डटे रहो, आपा ही मोर्चा फतेह करा, ठीक है।